हम दत्त टीवी देख रहे सारे दर्शकां दा स्वागत है मैं अमन मोहन मोहयाल लेके हाजिर आ प्रोग्राम ਤੁਹਾਨੂੰ ਪਤਾ ਹੈ ਕਿ ਸ਼ੁੱਕਰਵਾਰ ਦਾ ਦਿਨ ਹੁੰਦਾ ਹੈ ਐਡਵੋਕੇਟ ਸੁਨੀਲ ਮੱਲਨ ਦੇ ਨਾਮ ਅੱਜ ਅਸੀਂ ਕਾਨੂੰਨੀ ਮੁੱਦੇ ਉਤੇ ਗੱਲਬਾਤਾਂ ਕਰਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਮੱਲਨ ਸਾਹਿਬ ਦਾ ਨਿਗਾ ਸਵਾਗਤ ਕਰਦੇ ਹਾਂ ਮੱਲਨ ਸਾਹਿਬ ਨਿਗਾ ਸਵਾਗਤ ਤੁਹਾਡਾ ਥੈਂਕ ਯੂ ਜੀ ਸਾਰੇ ਸ਼ਰੋਤਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਸੋ ਦਰਸ਼ਕੋ ਪਾਰ ਦੇ ਸਮੇਂ ਮੁਤਾਬਕ ਸ਼ਾਮ 6:30 ਵਜੇ ਚੁੱਕੇ ਨੇ ਸ਼ੁੱਕਰਵਾਰ ਦਾ ਦਿਨ ਹੈ ਪ੍ਰੋਗਰਾਮ ਤੁਸੀਂ ਲਾਈਵ ਦੇਖ ਰਹੇ ਹੋ ਕੇਵਨ ਨੈਟਵਰਕ ਦੇ ਨਾਲ-ਨਾਲ ਸੋਸ਼ਲ ਮੀਡੀਆ ਉਤੇ ਸਾਡਾ ਹਮਦਰਦ ਮੀਡੀਆ ਗਰੁੱਪ ਫੇਸਬੁੱਕ ਪੇਜ ਹੈ ਔਰ YouTube ਚੈਨਲ ਹਮਦਰਦ TV ਹੈ ਉਸ ਤੇ ਵੀ ਪ੍ਰੋਬਲਮ ਚੱਲ ਰਿਹਾ ਤੁਸੀਂ ਉੱਥੇ ਵੀ ਆਪਣੇ ਕਮੈਂਟਸ ਜਿਹੜੇ ਹੈਗੇ ਨੇ ਦੇ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਹੇ ਨੇ ਉਸ ਉੱਤੇ ਗੱਲਬਾਤ ਕਰ ਸਕਦੇ ਹੋ ਸਿੱਧੀ ਐਡਵੋਕੇਟ ਸੁਨੀਲ ਮੱਲਨ ਜੀ ਨਾਲ ਕਿਸੇ ਵੀ ਕੇਸ ਬਾਰੇ ਤੁਸੀਂ ਕਾਨੂੰਨੀ رائے ਲੈਣਾ ਚਾਹੁੰਦੇ ਹੋ ਬਿਲਕੁਲ ਤੁਹਾਨੂੰ ਮੁਫਤ ਉਹ رائے ਦੇਣਗੇ ਜੇ ਤੁਹਾਨੂੰ ਤੁਸੀਂ ਵਿਦੇਸ਼ਾਂ ਵਿੱਚ ਬੈਠੇ ਹੋ ਤੇ ਤੁਹਾਨੂੰ ਉੱਥੇ ਆਪਣੇ ਭਾਰਤ ਦੇ ਵਿੱਚ ਕਿਸੇ ਕੇਸ ਦੇ ਵਿੱਚ ਅੜੀਕਾ ਪੈ ਰਿਹਾ ਭਾਵੇਂ ਉਹ ਵਿਆਹਵੰਦ ਵਿਆਹ ਨਾਲ ਸੰਬੰਧਿਤ ਕੇਸ ਹੈ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਕੇਸ ਹੈ ਅਪਰਾਧਿਕ ਕੇਸ ਹੈ ਜਾਂ ਉਸ ਨੂੰ ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਕਿਵੇਂ ਹੈਂਡਲ ਕਰ ਸਕਦੇ ਹੋ ਇਸ ਉੱਤੇ ਵੀ ਚਰਚਾ ਕਰਾਂਗੇ ਕਿਉਂਕਿ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈਗਾ ਆਪਣੇ ਅੰਦਰ ਵਿੱਚ ਬੜਾ ਅਨਮੋਲ ਰਿਸ਼ਤਾ ਪਰ ਕਈ ਵਾਰੀ ਖਟਾਸ ਵੀ ਆ ਜਾਂਦੀ ਹੈ ਨਹੀਂ ਬੈਠਦੀ ਟਿਊਨਿੰਗ ਸੈਟ ਨਹੀਂ ਬੈਠਦੀ ਤੇ ਮਾਮਲਾ ਜਿਹੜਾ ਹੈਗਾ ਅਦਾਲਤਾਂ ਵਿੱਚ ਚਲਾ ਜਾਂਦਾ ਤੇ ਕਈ ਵਾਰੀ ਤਾਂ ਅਦਾਲਤਾਂ ਦੇ ਵਿੱਚ ਵੀ ਭੀੜ-ਪੜਾਕਾ ਬਥੇਰਾ ਹੈਗਾ ਕੇਸਾਂ ਦਾ ਇਸ ਕਰਕੇ ਕੇਸ ਲਟਕਦੇ ਰਹਿੰਦੇ ਨੇ ਪਰ ਜੇ ਕੇਸ ਸਹੀ ਢੰਗ ਨਾਲ ਚੱਲਿਆ ਜਾਵੇ ਤਾਂ ਮਲਨ ਸਾਹਿਬ ਕਿੰਨੀ ਵਾਰੀ ਕਹਿ ਚੁੱਕੇ ਨੇ ਕਿ ਜੇ ਤੁਸੀਂ ਆਪਣੇ ਕੇਸ ਨੂੰ ਸੋਨੇ ਟਾਂਗ ਨਾਲ ਹੈਂਡਲ ਕਰਦੇ ਹੋ ਤਾਂ ਜਿਹੜੇ ਕੇਸ ਹੈਗਾ ਉਹਨਾਂ ਦਾ ਨਿਪਟਾਰਾ ਛੇਤੀ ਹੋ ਸਕਦਾ ਸੋ ਇਸ ਕਰਕੇ ਖਾਸ ਚਰਚਾ ਕਰਾਂਗੇ ਕਿ ਜਿਹੜੇ ਵਿਆਹ ਦੇ ਕੇਸ ਅਗੇ ਨੇ ਉਹਨਾਂ ਦਾ ਛੇਤੀ ਨਿਪਟਾਰਾ ਕਿੱਦਾਂ ਹੋ ਸਕਦਾ ਕਬੂਤਰ ਬਾਜ਼ ਲਾੜੇ ਲਾੜੀਆਂ ਹੈਗੀਆਂ ਨੇ ਉਹਨਾਂ ਤੇ ਸਿਕੰਜਾ ਕਿਵੇਂ ਕਸਿਆ ਜਾ ਸਕਦਾ ਤੇ ਜਿਹੜੇ ਐਨਆਰਆਈਜ਼ ਨੇ ਜਿਨ੍ਹਾਂ ਦੇ ਜ਼ਮੀਨਾਂ ਇੱਥੇ ਦਬੀਆਂ ਹੋਈਆਂ ਨੇ ਭਾਰਤ ਦੇ ਵਿੱਚ ਉਹ ਆਪਣੀ ਜ਼ਮੀਨਾਂ ਤੋਂ ਕਬਜ਼ੇ ਕਿਵੇਂ ਚੁੜਾਉਣ ਆਪਣੇ ਵਿਦੇਸ਼ਾਂ ਵਿੱਚ ਬੈਠ ਕੇ ਕੇਸ ਜਿਹੜੇ ਹੈਗੇ ਨੇ ਉਹ ਕਿਵੇਂ ਹੈਂਡਲ ਕਰਨ ਸੋ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਨੇ ਉਸ ਤੇ ਕਾਲ ਕਰਕੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਐਡਵੋਕੇਟ ਸੁਨੀਲ ਮਲਨ ਜੀ ਨਾਲ ਮਲਨ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਵਿਆਹ ਦੇ ਜਿਹੜੇ ਕੇਸ ਨੇ ਆਪਾਂ ਪਹਿਲਾਂ ਵੀ ਕਈ ਵਾਰੀ ਵਿਚਾਰੇ ਨੇ ਪਰ ਫਿਰ ਵੀ ਜਿਹੜੇ ਹੋਰ ਦਰਸ਼ਕ ਸਾਨੂੰ ਦੇਖ ਰਹੇ ਹੋਣਗੇ ਉਹਨਾਂ ਵਾਸਤੇ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਇੱਕ ਉਮਰ ਹੁੰਦੀ ਹੈ ਵਿਆਹ ਦੀ ਕਹਿੰਦੇ ਨੇ ਜਿਆਦਾ ਉਮਰ ਹੋ ਜੇ ਉਸ ਤੋਂ ਬਾਅਦ ਛੇਤੀ ਛੇਤੀ ਵਿਆਹ ਹੋ ਜਾ ਤਾਂ ਠੀਕ ਰਹਿੰਦਾ ਹੈ ਉਮਰ ਦੇ ਵਿੱਚ ਪਰ ਜਦੋਂ ਕੋਰਟਾਂ ਦੇ ਵਿੱਚ ਕੇਸ ਚਲਾਇਆ ਜਾਂਦਾ ਜਾਂ ਲਾਕਤਾ ਗੱਲ ਪਹੁੰਚ ਜਾਂਦੀ ਹੈ ਤੋੜ ਵਿਛੋੜਿਆਂ ਤਾਂ ਗੱਲ ਪਹੁੰਚ ਜਾਂਦੀ ਹੈ ਤਾਂ ਉਹ ਕੇਸ ਲੜਕਦੇ ਰਹਿੰਦੇ ਨੇ ਅਦਾਲਤਾਂ ਦੇ ਵਿੱਚ ਤੇ ਇਧਰ ਮੁੰਡੇ ਨੂੰ ਵੀ ਚਿੰਤਾ ਸਤਾਉਂਦੀ ਹੈ ਉਧਰ ਕੁੜੀ ਵਾਲਿਆਂ ਨੂੰ ਚਿੰਤਾ ਸਤਾਉਂਦੀ ਹੈ ਕਿ ਭਾਈ ਬੱਚਿਆਂ ਦੀ ਉਮਰ ਵੀ ਲੰਗੀ ਜਾਂਦੀ ਹੈ ਤੇ ਮਸਲਾ ਹਲੇ ਅਦਾਲਤ ਦੇ ਵਿੱਚ ਲਟਕਿਆ ਹੋਇਆ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਕਿ ਵਿਆਹ ਮਤ ਜਿਹੜੇ ਕੇਸ ਅਗੇ ਨੇ ਉਹਨਾਂ ਦਾ ਨਿਪਟਾਰਾ ਛੇਤੀ ਕਿਵੇਂ ਹੋ ਸਕਦਾ ਹੈ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਭਾਜੀ ਇਹਦੇ ਵਿੱਚ ਮੈਂ ਬੜੇ ਸਿੰਪਲ ਸਿੰਪਲ ਗੱਲਾਂ 'ਚ ਜਵਾਬ ਦੇਣਾ ਅੱਜਕੱਲ ਜਿਹੜੇ ਐਕਚੁਅਲੀ ਜ਼ਿਆਦਾ ਕੇਸ ਆ ਰਹੇ ਨੇ ਹਮ ਹਮ ਓਏ ਆ ਰਹੇ ਨੇ ਕੀ ਅਖਬਾਰ ਚ ਤੁਸੀਂ ਕੋਈ ਵੀ ਅਖਬਾਰ ਚੁੱਕੋ ਖਾਸ ਕਰਕੇ ਪੰਜਾਬੀ ਜੀ ਜੀ ਜਿਹੜੀ ਸਾਡੇ ਇੰਡੀਆ ਚ ਚੱਲਦੀ ਹੈ ਉਹਦੇ ਵਿੱਚ ਐਡ ਕੀ ਹੁੰਦੀ ਹੈ ਕਿ 5.5 ਆਇਲਸ ਵਾਲੀ ਬੈਂਡ ਵਾਲੀ ਕੁੜੀ ਲਈ ਕੈਨੇਡਾ ਜਾਣ ਲਈ ਖਰਚ ਕਰਨ ਵਾਲਾ ਪਰਿਵਾਰ ਚਾਹੀਦਾ ਹੈ ਨਿਊਜ਼ੀਲੈਂਡ ਜਾਣ ਵਾਲੀ ਲਈ ਚਾਹੀਦਾ ਤੇ ਇੱਥੋਂ ਤੱਕ ਵੀ ਮੇਰੇ ਸਾਹਮਣੇ ਮੁੱਦੇ ਆਏ ਨੇ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਕੁੜੀ ਵਾਲਿਆਂ ਨੇ ਵਿਆਹ ਤੇ 1 ਰੁਪਿਆ ਵੀ ਨਹੀਂ ਖਰਚਿਆ ਆ ਠੀਕ ਹੈ ਜੀ ਲੜਕੀ ਪਹੁੰਚ ਗਈ ਬਾਹਰ ਹੂੰ ਹੂੰ 35 ਲੱਖ ਰੁਪਏ ਲਵਾਤਾ ਮੁੰਡੇ ਵਾਲਿਆਂ ਦਾ ਹੂੰ ਹੂੰ ਉੱਥੇ ਜਾ ਕੇ ਨੀਤ ਬਦਲ ਗਈ ਤੇ ਮੁੰਡਾ ਮੁੜ ਕੇ ਸੱਦਿਆ ਨਹੀਂ ਠੀਕ ਹੈ ਜੀ ਹੁਣ ਪੈ ਗਈ ਲੜਾਈ ਹੂੰ ਹੂੰ ਹੁਣ ਤੁਸੀਂ ਇਹਦੇ ਚ ਸੋਚੋ ਵੀ ਕਿਹੜਾ ਬੰਦਾ ਲਿੰਗਰ ਔਨ ਕਰੇਗਾ ਮੈਟਰ ਹੂੰ ਮੁੰਡੇ ਵਾਲੇ ਤੇ ਚਾਣਗੇ ਕਿ ਸਾਡੇ ਛੇਤੀ ਤੋਂ ਛੇਤੀ ਨਿਪਟਾਰਾ ਹੋਵੇ ਹੂੰ ਹੂੰ ਕਿ ਨਿਪਟਾਰਾ ਹੋਏਗਾ ਜਾਂ ਤੇ ਪੈਸੇ ਵਾਪਸ ਆਉਣਗੇ ਜਾਂ ਕੁੜੀ ਵਾਪਸ ਆਊਗੀ ਜੀ ਜੀ ਤੇ ਜੇ ਨਿਪਟਾਰਾ ਨਹੀਂ ਹੁੰਦਾ ਤਾਂ ਸਾਡੇ ਪੈਸੇ ਦਿੱਤੇ ਜਾਣ ਹੂੰ ਹੂੰ ਤੇ ਕੁੜੀ ਵਾਲੇ ਸੋਚਣਗੇ ਕਿ ਅਸੀਂ ਸਾਡੀ ਜੇਬ ਦਾ ਪੈਸੇ ਆ ਗਏ ਕੁੜੀ ਤੇ ਸਾਡੀ ਪਹੁੰਚ ਗਈ ਜਿੰਨਾ ਲਟਕਦਾ ਲਟੜ ਜੇ ਸਾਡਾ ਕੀ ਜਾਂਦਾ ਠੀਕ ਹੈ ਮੁੰਡਾ ਜਾਂ ਕੁੜੀ ਜਿਹੜਾ ਵੀ ਬਾਹਰ ਚੱਲ ਗਿਆ ਦੂਜੇ ਬੰਦੇ ਦਾ ਪੈਸੇ ਦਾ ਫਾਇਦਾ ਚੁੱਕ ਕੇ ਹੂੰ ਤੇ ਦੂਸਰਾ ਬੰਦਾ ਉਹਦਾ ਫਾਇਦਾ ਚੁੱਕੀ ਜਾਂਦਾ ਹੁਣ ਜੇ ਛੇਤੀ ਨਿਪਟਾਰਾ ਕਰਨਾ ਹੈ ਉਹਦੇ ਵਾਸਤੇ ਇੱਕੋ ਹੀ ਤਰੀਕਾ ਹੈ ਕਿ ਮਲਟੀਪਲ ਲੈਵਲ ਤੇ ਕੰਪਲੀਟਸ ਕਰਨੀਆਂ ਪੈਣਗੀਆਂ ਹੂੰ ਫੋਰ ਐਗਜ਼ਾਮਪਲ ਇੰਡੀਆ ਵਿੱਚ ਰਹਿ ਕੇ ਆਪਾਂ ਐਨਆਰਆਈ ਵਿੰਗ ਨੂੰ ਕਰੀਏ ਠੀਕ ਹੈ ਉਹਨਾਂ ਦੇ ਖਿਲਾਫ ਕੋਰਟ ਕੇਸ ਦਰਜ ਕਰਾਈਏ ਹੂੰ ਜਿਹੜੇ ਲੈਫਟਓਵਰ ਫੈਮਿਲੀ ਮੈਂਬਰ ਹੈ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੈ ਉਹਨਾਂ ਦਾ ਜਿਹੜਾ ਜਿਹੜਾ ਰੋਲ ਡਿਫਾਈਨ ਹੁੰਦਾ ਉਸ ਨੂੰ ਡਿਫਾਈਨ ਕਰਕੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਕੰਪਲੀਟ ਪਾਈਏ ਹੂੰ ਔਰ ਜਿਹੜੇ ਵੀ ਕੰਟਰੀ ਚੋ ਲੜਕੀ ਜਾਂ ਲੜਕਾ ਜਿਹੜਾ ਇਧਰੋਂ ਮਤਲਬ ਠੱਗੀ ਮਾਰ ਕੇ ਭੱਜਿਆ ਵਿਆਹ ਤੇ ਚੱਕਰ ਜਾਂ ਜਿਹੜੇ ਵੀ ਚੱਕਰ ਚ ਉਸ ਕੰਟਰੀ ਦੀ ਇੰਡੀਅਨ ਐਂਬੈਸੀ ਨੂੰ ਉੱਥੋਂ ਦੀ ਇਮੀਗ੍ਰੇਸ਼ਨ ਏਜੰਸੀਜ਼ ਨੂੰ ਉੱਥੋਂ ਦੀ ਪੁਲਿਸ ਏਜੰਸੀਆਂ ਨੂੰ ਆਪਾਂ ਮੇਲ ਪਾਈਏ ਜਿਹੜੀ ਕੰਪਲੀਟ ਇੱਥੇ ਪੈਂਡਿੰਗ ਹੈ ਠੀਕ ਹੈ ਉਹਦਾ ਯੂਆਈਡੀ ਨੰਬਰ ਲਈਏ ਉਹਦਾ ਜੋ ਵੀ ਫਾਈਲ ਨੰਬਰ ਹੈ ਕੇਸ ਨੰਬਰ ਲੈ ਕੇ ਉੱਥੇ ਇਨਟੀਮੀਟ ਕਰੀਏ ਕਿ ਇਹ ਬੰਦੇ ਦੇ ਖਿਲਾਫ ਇੱਥੇ ਕੰਪਲੇਂਟਸ ਨੇ ਆ ਫਰਾਡ ਕਰਕੇ ਇਹ ਬੰਦਾ ਇੱਥੋਂ ਭੱਜਿਆ ਠੀਕ ਹੈ ਜੀ ਡੈਫੀਨੇਟਲੀ ਸ਼ਿਕੰਜਾ ਕਸਿਆ ਜਾਂਦਾ ਹੈ ਹਮਮ ਕੰਪਲੇਂਟ ਦੀ ਸੁਣਵਾਈ ਹੁੰਦੀ ਹੈ ਹਮਮ ਫੋਰਨ ਕੰਟਰੀਜ਼ ਤੁਹਾਨੂੰ ਰਿਪਲਾਈ ਦਿੰਦੇ ਨੇ ਹਮਮ ਕਿ ਤੁਸੀਂ ਸਾਨੂੰ ਉਹਦਾ ਪਾਸਪੋਰਟ ਨੰਬਰ ਤੁਸੀਂ ਉਹਦਾ ਫਾਈਲ ਨੰਬਰ ਹੋਰ ਜੋ ਡਿਟੇਲਸ ਤੁਹਾਡੇ ਕੋਲ ਹੈਗੇ ਸਾਨੂੰ ਭੇਜੋ ਔਰ ਉਹਨੂੰ ਭੇਜਣ ਤੋਂ ਬਾਅਦ ਉਹ ਲੋਕ ਉਹਦੇ ਤੇ ਕਾਰਵਾਈ ਕਰਦੇ ਨੇ ਠੀਕ ਹੈ ਚਾਹੇ ਸਲੋ ਹੀ ਕਰਦੇ ਨੇ ਪਰ ਕਰਦੇ ਨੇ ਪਰ ਮੱਲਨ ਸਾਹਿਬ ਇਸ ਮਾਮਲੇ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਕੇਸਾਂ ਦੀ ਆਮ ਤੌਰ ਤੇ ਆਪਣੀ ਪੰਜਾਬ ਦੀਆਂ ਅਖਬਾਰਾਂ ਵੀ ਪੜੀਆਂ ਪਈਆਂ ਨੇ ਇਸ ਚੀਜ਼ ਦੇ ਨਾਲ ਸਾਡਾ ਕੋਲ ਮੁੰਡਾ ਹੈਗਾ ਕੁੜੀ ਜਿਹਨੇ 5 ਬੈਂਡ ਜਾਂ 5.5 ਬੈਂਡ ਲਏ ਹੋਣ ਨਾ ਉਹਨਾਂ ਦੇ ਪੈਸੇ ਵੀ ਲਾ ਦਵਾਂਗੇ ਅਸੀਂ ਤੇ ਕੁੜੀ ਚਾਹੀਦੀ ਹੈ ਕਈ ਵਾਰੀ ਕੁੜੀ ਵਾਲੇ ਐਡ ਦੇ ਦਿੰਦੇ ਨੇ ਮੁੰਡਾ ਚਾਹੀਦਾ ਇਸ ਮਾਮਲੇ ਵਿੱਚ ਨਾ ਤੇ ਜਿਆਦਾਤਰ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਕੁੜੀ ਬਾਹਰ ਚਲੀ ਜਾਂਦੀ ਹੈ ਅੱਜ ਕੱਲ ਜਿਹੜਾ ਆਮ ਰੋਲਾ ਪਿਆ ਨਜ਼ਰ ਆਉਂਦਾ ਹੈ ਪਹਿਲੇ ਜੀ 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 ਉਹਦੇ ਵਿੱਚ ਬਾਹਰ ਦੇ ਵਿੱਚ ਮੁੰਡੇ ਪਰਿਵਾਰ ਵਾਲੇ ਰੋਲਾ ਪਾਈ ਰੱਖਦੇ ਨੇ ਕਿ ਭਾਈ ਸਾਨੂੰ ਧੋਖਾ ਦੇ ਕੇ ਚਲੀ ਗਈ ਅਸੀਂ 35-40 ਲੱਖ ਰੁਪਏ ਲਾ ਦਿੱਤਾ ਨਾ ਕੁੜੀ ਉੱਥੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਕੇਸ ਕਈ ਤਰ੍ਹਾਂ ਦੇ ਆ ਰਹੇ ਨੇ ਕਈ ਵਾਰੀ ਤਾਂ ਕੁੜੀ ਇਹ ਕਹਿੰਦੀ ਹੈ ਕਿ ਮੁੰਡਾ ਇੱਥੇ ਆਇਆ ਸੀਗਾ ਤੇ ਉਹਦਾ ਚਾਲ ਚੱਲਣ ਠੀਕ ਨਹੀਂ ਸੀਗਾ ਇੱਥੇ ਆ ਕੇ ਉਹਨੇ ਆਪਣੀਆਂ ਹਰਕਤਾਂ ਨਹੀਂ ਸੁਧਾਰੀਆਂ ਤੇ ਇਸ ਕਰਕੇ ਇੱਥੋਂ ਦੇ ਕੇਸ ਹੁੰਦਾ ਸੀ ਉਹਨੂੰ ਵਾਪਸ ਭੇਜਣਾ ਪਿਆ ਕਈ ਵਾਰੀ ਕੁੜੀ ਜਾ ਕੇ ਉੱਥੇ ਵਿਆਹ ਵੀ ਕਰਵਾ ਲੈਂਦੀ ਹੈ ਕਿਸੇ ਹੋਰ ਨਾਲ ਕਰਵਾ ਲੈਂਦੀ ਹੈ ਤਾਂ ਉਹ ਕੇਸ ਜਿਆਦਾ ਹੋਰ ਵੱਧ ਜਾਂਦਾ ਹੈ ਤੇ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਇੱਥੇ ਵਿਆਹ ਜਿਹੜਾ ਕਰਵਾਇਆ ਹੁੰਦਾ ਬਾਅਦ ਦੇ ਵਿੱਚ ਮੁੰਡਾ ਵੀ ਪਤਾ ਲੱਗਦਾ ਕਿ ਮਾੜਾ ਹੈਗਾ ਤੇ ਕੁੜੀ ਵਾਲਿਆਂ ਨੂੰ ਵੀ ਕਹਿੰਦੇ ਜੇ ਮੁੰਡਾ ਹੀ ਮਾੜਾ ਤੇ ਇਹ ਨਾਲ ਰਹਿ ਕੇ ਅਸੀਂ ਕੀ ਕਰਨਾ ਹੈ ਖੈਰ ਉਹਨਾਂ ਨੇ ਪੈਸਾ ਤਾਂ ਲਾ ਦਿੱਤਾ ਹੈ ਨਾ ਪਰ ਇਹ ਜਿਹੜੇ ਕੇਸ ਸਾਰੇ ਕਾਫੀ ਉਲਝੇ ਹੋਏ ਲੱਗਦੇ ਨੇ ਇਹਨਾਂ ਕੇਸਾਂ ਦੇ ਵਿੱਚ ਆਮ ਤੌਰ ਤੇ ਪਹਿਲੀ ਨਜ਼ਰੇ ਤੋਂ ਕੁੜੀ ਨੂੰ ਦੋਸ਼ੀ ਮੰਨ ਲਿਆ ਜਾਂਦਾ ਕਿ ਇਹ ਹੀ ਕੁੜੀ ਦੋਸ਼ੀ ਹੋਏਗੀ ਮੈਂ ਤੁਹਾਡਾ ਤੋਂ ਜਾਨਣਾ ਚਾਹੁੰਦਾ ਕਿ ਕੁੜੀ ਨੂੰ ਕਿਉਂ ਦੋਸ਼ੀ ਮੰ ਤਾਂ ਲੱਗਦਾ ਕਿ ਬਰਾਬਰ ਦਾ ਦੋਸ਼ੀ ਹੈ ਕਿ ਉਹ ਵੀ ਤਾਂ ਇੱਕ ਆਪਣੇ ਫਾਇਦੇ ਲਈ ਦੇ ਕੇ ਐਡ ਵੀ ਦੇ ਰਿਹਾ ਅਖਬਾਰ ਦੇ ਵਿੱਚ ਪਹਿਲਾਂ ਤਾਂ ਉੱਥੇ ਹੀ ਪਤਾ ਲੱਗ ਜਾਂਦਾ ਕਿ ਉਹ ਵੀ ਆਪਣਾ ਫਾਇਦਾ ਚਾਹੁੰਦਾ ਹੈ ਕੌਣ ਜੱਤ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਜ਼ਿਆਦਾ ਦੋਸ਼ੀ ਕਿਹੜਾ ਹੈ ਭਾਜੀ ਟੈਕਨੀਕਲੀ ਦੱਸਾਂ ਤੇ ਲਾਲਚ ਦੇ ਵਿੱਚ ਹੂੰ ਹੂੰ ਚਾਹੇ ਉਹ ਬਾਹਰ ਜਾਣ ਦਾ ਲਾਲਚ ਹੈ ਚਾਹੇ ਕਿਸੇ ਚੀਜ਼ ਦਾ ਵੀ ਲਾਲਚ ਹੈ ਹੂੰ ਹੂੰ ਉਸ ਲਾਲਚ ਚ ਕਈ ਤਰ੍ਹਾਂ ਦੀਆਂ ਅੱਖਾਂ ਬੰਦ ਕਰ ਲੈਂਦੇ ਨੇ ਕਈ ਚੀਜ਼ਾਂ ਦਾ ਕੰਪਰੋਮਾਈਜ਼ ਕਰਦੇ ਨੇ ਇੱਕ ਆਪਾਂ ਪਿੱਛੇ ਜੇ ਵੀ ਡਿਸਕਸ ਕੀਤਾ ਸੀ ਕੇਸ ਹੂੰ ਹੂੰ ਉਸ ਕੇਸ ਵਿੱਚ ਲੜਕੀ ਆਲਰੇਡੀ ਇੰਡੀਆ ਚ ਵਿਆਹੀ ਸੀ ਠੀਕ ਹੈ ਜੀ ਤਲਾਕ ਲਿੱਤੇ ਬਿਨਾ ਉਹਨਾਂ ਨੇ ਅਖਬਾਰ ਚ ਐਡ ਦਿੱਤੀ ਹੈ ਹੂੰ ਹੂੰ ਉਸ ਤੋਂ ਬਾਅਦ ਉਹਨੇ ਇੰਡੀਆ ਚ ਮੁੰਡੇ ਨਾਲ ਵਿਆਹ ਕਰਾਇਆ ਕਰਾ ਕੇ ਉਹ ਨਿਊਜ਼ੀਲੈਂਡ ਗਈ ਹੈ ਜਾਣ ਤੋਂ ਬਾਅਦ ਉੱਥੇ ਮੁੜ ਕੇ ਮੁੰਡਾ ਵੀ ਗਿਆ ਹੂੰ ਹੂੰ ਆਪਣੀ ਕਿਸੇ ਸਹੇਲੀ ਕੋਲੋਂ ਮੁੰਡੇ ਤੇ ਮਲੈਸਟ੍ਰੇਸ਼ਨ ਦਾ ਕੇਸ ਪਵਾਤਾ ਹੂੰ ਹੂੰ ਮੁੰਡੇ ਨੂੰ ਚਲੋ ਉਹਦੀ 2 ਸਾਲ ਦੀ ਪਨਿਸ਼ਮੈਂਟ ਹੁੰਦੀ ਹੈ ਹਮ ਹਮ ਉਹਦੀ ਜ਼ਮਾਨਤ ਵਗੈਰਾ ਵੀ ਉਹੀ ਕਰਾਂਦੀ ਹੈ ਉੱਥੇ ਹਮ ਹਮ ਤੇ 2 ਸਾਲ ਦੀ ਪਨਿਸ਼ਮੈਂਟ ਦੇ ਵਿੱਚ ਉਹਨੂੰ ਉੱਥੋਂ ਦੀ ਲੋਕਲ ਅਥਾਰਟੀ ਕਹਿੰਦੀ ਹੈ ਕਿ ਇੱਥੇ ਰਹੇਗਾ ਤੇ ਤੇਰਾ ਖਰਚਾ ਵਧੇਗਾ ਉਹ ਪੈਰ 'ਚ ਨਾ ਇੱਕ ਕਲੌਕ ਲਾ ਦਿੰਦੇ ਨੇ ਠੀਕ ਹੈ ਜੀ ਕਿ ਹੋਮ ਡਿਟੈਂਸ਼ਨ ਕਹਿੰਦੇ ਉਹਨੂੰ ਹਮ ਹਮ ਉਹਦੇ 'ਚ ਕਹਿੰਦੇ ਵੀ 100 ਮੀਟਰ ਤੋਂ ਅੱਗੇ ਤੂੰ ਗਿਆ ਤਾਂ ਤੇਰਾ ਬੀਪ ਵੱਜ ਜਾਣੀ ਹੈ ਤੇ ਉਸ ਤੋਂ ਬਾਅਦ ਤੈਨੂੰ ਅਸੀਂ ਮਤਲਬ ਜੇਲ੍ਹ 'ਚ ਸੁਢ ਦਾਂਗੇ ਦੁਬਾਰਾ ਠੀਕ ਹੈ ਜੀ ਉਹ ਲੋਕ ਕੰਟਰੀ ਕਹਿੰਦੇ ਵੀ ਸਾਡੇ ਤੇ ਬੋਝ ਕਿਉਂ ਬਣੇ ਆਪਣੇ ਪਰਿਵਾਰ ਤੇ ਬੋਝ ਬਣੇ ਤੇ ਤੇ ਸੰਗਲੀ ਲਾ ਦਿਓ ਹੂੰ ਹੂੰ ਤੇ ਉਹ ਬੰਲਣ ਦੇ ਨੇ ਮੁੰਡਾ ਕਹਿੰਦਾ ਚਲੋ ਠੀਕ ਹੈ ਮੈਂ ਇੰਡੀਆ ਚਲ ਜਾਨਾ ਉਹਨੂੰ 10000 ਜੁਰਮਾਨਾ ਦੇ ਕੇ ਵਾਪਸ ਆ ਜੂਗਾ ਮੁਰਕੇ ਕੁੜੀ ਕਹਿੰਦੀ ਮੈਂ ਤੇ ਤੁਹਾਨੂੰ ਜਾਣਦੀ ਨਹੀਂ ਤੂੰ ਕੌਣ ਹੈ ਮੈਂ ਤੈਨੂੰ ਬੁਲਾਉਂਦੀ ਨਹੀਂ ਹੂੰ ਹੂੰ ਇਦਾਂ ਦਾ ਇੱਕ ਹੋਰ ਕੇਸ ਹੈ ਲੜਕੇ ਵਾਲਿਆਂ ਨੇ ਲੜਕੀ ਦੇ ਪੈਸੇ ਲਾਏ ਜੀ ਜੀ ਅੱਜ ਹੀ ਮੈਂ ਕੇਸ ਤੇ ਹਰ ਕਰਕੇ ਆਉਣਾ ਹੂੰ ਹੂੰ ਆਪਣੇ ਚਮਕੌਰ ਸਾਹਿਬ ਦੇ ਲਾਗੇ ਦਾ ਪਰਿਵਾਰ ਹੈ ਮੁੰਡੇ ਵਾਲੇ ਅੱਛਾ ਅੱਛਾ ਔਰ ਉਹਨਾਂ ਨੇ ਪੂਰਾ ਹਿਸਾਬ ਦਿੱਤਾ ਹੈ ਵੀ 35 ਲੱਖ 68900 ਰੁਪਏ ਲੱਗੇ ਨੇ ਜੀ ਹੂੰ ਹੂੰ ਕਿੱਥੇ ਕਿੱਥੇ ਪੈਸੇ ਲਾਏ ਨੇ ਜੀ ਆਈਸੀ ਦੇ ਫੰਡ ਜਿੰਨੇ ਪਾਏ ਨੇ ਹੂੰ ਫਿਰ ਫੀਸ ਇੰਨੀ ਦਿੱਤੀ ਹੈ ਫਿਰ ਆਹ ਦਿੱਤਾ ਹੈ ਫਿਰ ਜਾਣ ਲੱਗਿਆ ਪੈਸੇ ਦਿੱਤੇ ਆ ਹੂੰ ਹੂੰ ਲੜਕੀ ਜਦੋਂ ਕੈਨੇਡਾ ਉਤਰਦੀ ਹੈ ਮੁੰਡੇ ਵਾਲਿਆਂ ਦੇ ਰਿਸ਼ਤੇਦਾਰ ਉਹਨੂੰ ਰਿਸੀਵ ਕਰਨ ਆਉਂਦੇ ਨੇ ਹੂੰ ਉਹਨਾਂ ਘਰ 15-20 ਦਿਨ ਮਹੀਨਾ ਰਹਿੰਦੀ ਹੈ ਜਾਣ ਲੱਗਿਆ ਉਹਨਾਂ ਕੋ 2.5 ਹਜ਼ਾਰ ਡਾਲਰ ਲੈ ਜਾਂਦੀ ਹੈ 2500 ਡਾਲਰ ਫੇਰ ਕੋਈ ਹੋਰ ਉੱਥੇ ਮੈਰਿਜ ਫੰਕਸ਼ਨ ਹੁੰਦਾ ਮੁੰਡੇ ਵਾਲੇ ਪਰਿਵਾਰ ਵਾਲੇ ਉਹਨੂੰ ਸਾਦੇ ਕਹਿੰਦੇ ਜੀ ਮੇਰੇ ਕੋਲ ਤਾਂ ਪੈਸੇ ਐ ਨਹੀਂ ਮੈਨੂੰ ਪੈਸੇ ਭੇਜ ਦਿਓ ਮੈਂ ਆ ਜੰਨੀ ਆ ਹਮ ਹਮ ਉਹਨਾਂ ਕੋਲੋਂ 11-1200 ਡਾਲਰ ਖਾਤੇ 'ਚ ਪਾ ਲੈਂਦੀ ਵਿਆਹ ਤੇ ਫਿਰ ਨਹੀਂ ਜਾਂਦੀ ਹਮ ਹਮ ਮੁੰਡਾ ਮੁੰਡੇ ਨੂੰ ਉਦੋਂ ਫੋਨ ਕਰਦੀ ਜਦੋਂ ਉਹਨੂੰ ਪੈਸਿਆਂ ਦੀ ਲੋੜ ਹੈ ਹਮ ਹਮ ਅਦਰਵਾਇਜ਼ ਮੁੰਡੇ ਨੂੰ ਫੋਨ ਨਹੀਂ ਕਰਦੀ 3 ਸਾਲ ਬੀਤ ਗਏ ਮੁੰਡੇ ਨੂੰ ਪਾਗਲ ਬਣਾਉਂਦੇ ਆ ਹੁਣ ਅਸੀਂ ਉਹਦੇ ਖਿਲਾਫ ਕੇਸ ਕੀਤਾ ਹੈ ਠੀਕ ਹੈ ਜੀ ਹੁਣ ਉਹ ਕੇਸ 'ਚ ਜਵਾਬ ਦਿੰਦੇ ਪਏ ਨੇ ਇੱਕ ਲੜਕੀ ਦਾ ਮੁੱਦਾ ਦੱਸਦਾ ਹਮ ਹਮ ਇਧਰੋਂ ਵਿਆਹ ਕਰ ਜਾਨ ਤੋਂ ਬਾਅਦ ਉਹਨੇ ਦਿਨ ਉਸ ਲੜਕੀ ਨਾਲ ਸਹੀ ਰਿਆ ਜਿੰਨੇ ਦਿਨ ਉਹਦਾ ਪੀਆਰ ਨਹੀਂ ਹੋ ਗਈ ਔਰ ਉਹਦੇ ਦੌਰਾਨ ਉਸ ਮੁੰਡੇ ਨੇ ਚਲਾਕੀਆਂ ਕੀ ਕੀਤੀਆਂ ਹਮਮ ਲੜਕੀ ਦੀ ਮਦਰ ਨੇ ਇੰਡੀਆ ਚੋ ਪ੍ਰਾਪਰਟੀ ਵੇਚੀ ਸੀ ਲੜਕੀ ਦੀ ਮਦਰ ਨੇ ਭਾਰਤ ਇੰਡੀਆ ਚ ਪ੍ਰਾਪਰਟੀ ਵੇਚੀ ਉਹਦਾ ਕੋਈ 1.5-2 ਕਰੋੜ ਰੁਪਏ ਉਹਨਾਂ ਨੂੰ ਮਿਲਿਆ ਤੁਹਾਨੂੰ ਪਤਾ ਹੈ ਸਾਡੇ ਇੰਡੀਆ ਚ ਰਿਵਾਜ ਹੈ ਕੱਚੀ ਪੇਮੈਂਟ ਪੱਕੀ ਪੇਮੈਂਟ ਦਾ ਚਲੋ ਕੁਝ ਪੇਮੈਂਟ ਮਿਲੀ ਉਹਨਾਂ ਨੇ ਕੀ ਕੀਤਾ ਵੀ ਮੁੰਡੇ ਦੇ ਅਕਾਊਂਟ ਚੋਂ ਪੈਸੇ ਜਮ੍ਹਾਂ ਕਰਾ ਲੇ ਵੀ ਕਰਦਾ ਜੁਵਾਈ ਹੈ ਮੁੰਡਾ ਹੀ ਹੈ ਫਿਰ ਕੀ ਹੈ ਤੇ ਜਦੋਂ ਉਹ ਮੁੰਡਾ ਹੁਣ ਕੁੜੀ ਦੇ ਉੱਥੇ ਫਿਰ ਧੀਰੇ ਉਹਨਾਂ ਨੇ ਪ੍ਰਾਪਰਟੀ ਲੈਣੀ ਸੀ ਕੈਨੇਡਾ ਚ ਉਹਨਾਂ ਪੈਸਿਆਂ ਚ ਜਦੋਂ ਉਹ ਪ੍ਰਾਪਰਟੀ ਲੈਣ ਲੱਗੇ ਤੇ ਮੁੰਡਾ ਅੜ ਗਿਆ ਕਹਿੰਦਾ ਜੀ ਮੇਰਾ ਵੀ ਤੇ ਨਾਮ ਲਖਾਓ ਤੇ ਉਹਨਾਂ ਨੂੰ ਕਿਹਾ ਚਲੋ ਕਰਦਾ ਜੁਵਾਈ ਹੈ ਲਖਾ ਦੋ ਕੀ ਹਰ ਜੰਦਾ ਉਹਨਾਂ ਨੇ ਉਹਨੂੰ 25 ਪੈਸੇ ਦਾ ਉਹ ਚ ਮਾਲਕ ਲਖਾਤਾ ਪੈਸੇ ਜਦ ਕੀ ਲੜਕੀ ਦੀ ਮਾਂ ਨੇ ਦਿੱਤੇ ਨੇ ਠੀਕ ਹੈ ਆਪਣੇ ਦੋ ਬੱਚਿਆਂ ਦਾ ਤੇ ਉਹਦਾ ਵੀ ਨਾਮ ਲਖਾਤਾ ਹੀ ਆਪਣਾ ਨਾਮ ਲਖਾ ਲਿਆ ਤੇ ਟੋਟਲ ਉਹ ਚਾਰ ਹਿੱਸਿਆਂ ਚ ਹੋ ਗਈ ਹੁਣ ਜਿੱਦਨ ਉਹਨੂੰ ਪੀਆਰ ਮਿਲ ਗਈ ਹਮ ਉਸ ਤੋਂ ਬਾਅਦ ਉਹਨੇ ਕੁੜੀ ਨੂੰ ਕੁੱਟਿਆ ਠੀਕ ਹੈ ਜੀ ਇਵਨ ਬਾਅਦ ਦੀ ਲੋਕਾਂ ਨੇ ਪੁਲਿਸ ਬੁਲਾਈ ਹਮ ਬੁਲਾਉਣ ਤੋਂ ਬਾਅਦ ਉਹਦਾ ਉੱਥੇ ਜੋ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੁਣ ਮੁੰਡਾ ਉਹਨੂੰ ਛੱਡ ਕੇ ਭੱਜ ਗਿਆ ਅੱਛਾ ਜੀ ਉਹਦੇ ਕਾਗਜ਼ ਹੋ ਗਏ ਨੇ ਉਹਦੇ ਕਾਰਡ ਮਿਲ ਗਏ ਉਹਨੂੰ ਛੱਡ ਕੇ ਭੱਜ ਗਿਆ ਹਮ ਹਮ ਉੱਥੋਂ ਜਾ ਕੇ ਉਹਨੇ ਸਾਡੀ ਅਲੀ ਮਤਲਬ ਲੜਕੀ ਤੇ ਕਲੇਮ ਪਾਤਾ ਕਿ 25% ਘਰ ਚੋਂ ਵੀ ਹਿੱਸਾ ਦਿਓ ਟ੍ਰਿਪਲਸ ਐ ਵੀ ਦਿਓ ਤੇ ਉਹ ਵੀ ਦਿਓ ਉਹ ਹੁਣ ਕੇਸ ਸਾਡਾ ਹੁਣ ਮੈਨੂੰ ਇੰਡੀਆ ਚ ਵੀ ਲੜਨਾ ਪੈਣਾ ਹਮਮ ਐਂਡ ਵਾਈਸ ਵਰਸਾ ਕੈਨੇਡਾ ਚ ਵੀ ਲੜਨਾ ਪੈਣਾ ਅੱਛਾ ਜੀ ਮਤਲਬ ਕਿ ਇਸ ਕੇਸ ਦੇ ਵਿੱਚ ਜਿਵੇਂ ਲੜਕਾ ਛੱਡ ਕੇ ਚਲਾ ਗਿਆ ਹੈ ਜੀ ਤੇ ਕੇਸ ਦਾ ਖੈਰ ਤੁਸੀਂ ਦੇਖਿਆ ਹੋਇਆ ਹੈ ਅਜੇ ਕੇਸਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਪੱਕ ਕਿਦਾ ਭਾਰੀ ਰਹਿੰਦਾ ਕੀ ਕਾਰਵਾਈ ਹੋ ਸਕਦੀ ਹੈ ਕੋਈ ਇਨਸਾਫ ਦਾ ਜੇ ਮਿਲਦਾ ਉਹ ਇੰਡੀਆ ਚ ਮਿਲੂਗਾ ਜਾਂ ਕੈਨੇਡਾ ਚ ਮਿਲੂਗਾ ਨਹੀਂ ਸਰ ਕੈਨੇਡਾ ਵਾਲਾ ਕੈਨੇਡਾ ਚ ਮਿਲੂਗਾ ਇੰਡੀਆ ਵਾਲਾ ਇੰਡੀਆ ਚ ਮਿਲੂਗਾ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਸਰ ਤੁਸੀਂ ਤੇ ਮੈਂ ਅੱਜ ਪਹਿਲੇ ਦਿਨ ਮਿਲੇ ਆ ਫੋਰ ਐਗਜ਼ਾਮਪਲ ਹਮਮ ਮੈਂ ਅੱਜ ਤੋਂ 2 ਮਹੀਨੇ ਬਾਅਦ ਮੇਰੇ ਅਕਾਊਂਟ 'ਚ 20 ਲੱਖ ਰੁਪਈਆ ਹੈਗਾ ਹਮਮ ਤੇ ਡੈਫੀਨਿਟਲੀ ਉਹ ਮੈਨੂੰ ਮੇਰੇ ਕੋਲ ਤੇ ਹੈ ਹੀ ਨਹੀਂ ਸੀ ਨਾ ਅੱਜ ਦੀ ਅੱਜ ਦੀ ਤਰੀਕ ਤੋਂ ਪਹਿਲਾਂ ਮੇਰੇ ਕੋਲ ਪੈਸੇ ਹੀ ਨਹੀਂ ਸੀ ਖਾਤੇ 'ਚ ਹਮਮ ਤੇ ਜੇ ਅੱਜ ਮੈਂ ਤੁਹਾਡੇ ਨਾਲ ਜੁੜਿਆ ਤੇ ਤੁਸੀਂ ਮੇਰੇ ਖਾਤੇ 'ਚ ਮੰਨ ਲਓ 5 ਲੱਖ ਪਾਉਂਦੇ ਹੋ ਹਮਮ ਆਪਾਂ ਦ ਤੇ ਕੱਲ ਨੂੰ ਉਹ ਕਲੇਮ ਤੇ ਤੁਹਾਡੇ ਵੱਲੋਂ ਬੰਨ ਸਕਦੇ ਨਾ ਪੱਕਾ ਪੱਕਾ ਹੂੰ ਹੂੰ ਕਿ ਸੁਨੀਲ ਮੱਲਨ ਦਾ ਖਾਤਾ 2 ਅਕਤੂਬਰ ਤੋਂ ਪਹਿਲਾਂ ਚੈੱਕ ਕਰੋ ਕਿ ਦੇ ਖਾਤੇ 'ਚ ਕਿੰਨੇ ਪੈਸੇ ਸੀ ਔਰ ਮੇਰੇ ਕੋਲ ਕੈਸ਼ ਪੇਮੈਂਟ ਆਈ ਸੀ ਮੈਂ ਸੁਨੀਲ ਦੇ ਖਾਤੇ 'ਚ ਜਬ ਆਤੀ ਕਿਉਂਕਿ ਇਹ ਭਰਾਵਾ ਮੰਗੂ ਰਹੇ ਸੀ ਨਹੀਂ ਜੇ ਸੁਨੀਲ ਮੱਲਨ ਕੱਲ ਨੂੰ ਇਹ ਕਹ ਦੇਗੀ ਭਾਈ ਮੈਂ ਤਾਂ ਇਹਨਾਂ ਤੋਂ ਪੈਸੇ ਦਿੱਤੇ ਹੋਏ ਸੀ ਇਹਨਾਂ ਨੇ ਮੈਨੂੰ ਵਾਪਸ ਮੋੜਤੇ ਉਹਦੇ ਪੈਸੇ ਦਿੱਤੇ ਦਾ ਕੋਈ ਨਾ ਪ੍ਰੂਫ ਹੋਏਗਾ ਹੂੰ ਹੂੰ ਭਾਜੀ ਸੱਚ ਦੇ ਪੈਰ ਹੁੰਦੇ ਨੇ ਝੂਠ ਦੇ ਪੈਰ ਥੋੜੀ ਹੁੰਦੇ ਨੇ ਹੂੰ ਹੂੰ ਜੇ ਤੇਰੇ ਕੋਲ ਸੱਜਣਾ ਇੰਨੇ ਪੈਸੇ ਦੇਣ ਜੋਗ ਹੀ ਸੀ ਤੇ ਤੇਰੇ ਆਪਣੇ ਖਾਤੇਆਂ ਚ ਖਾ ਕਿਉਂ ਬੋਲਦੇ ਸੀ ਹੂੰ ਹੂੰ ਦੇਖੋ ਮੈਂ ਇੱਕ ਬੜੇ ਸਿਆਣੇ ਆਪਣੇ ਕਲਾਇੰਟ ਦੀ ਗੱਲ ਸੁਣਾਉਣਾ ਜੀ ਜੀ ਅ ਇਸੇ ਬੁੱਧੇ ਤੇ ਹੂੰ ਮੈਨੂੰ ਜਦੋਂ ਅਸੀਂ ਪੁਲਿਸ ਥਾਣੇ ਸੀ ਤੇ ਮੈਂ ਨਾਲ ਸੀ ਆਪਣੇ ਕਲਾਇੰਟ ਦੇ ਤੇ ਪੁਲਿਸ ਵਾਲੇ ਆਈਓ ਨੇ ਸਵਾਲ ਪੁੱਛਿਆ ਕਹਿੰਦਾ ਜੀ ਸਰਦਾਰ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਕਹਿੰਦੇ ਹੋ ਪੈਸੇ ਸਾਰੇ ਵਿਆਹ ਤੇ ਮੈਂ ਲਾਇਆ ਮੇਰਾ ਮੁੰਡਾ ਤੇ ਮੈਂ ਕੁੜੀ ਨੇ 5.0 ਬੈਂਡ ਬੈਂਡ ਵਾਲੀ ਗੱਲ ਕੀਤੀ ਇਹਦੇ ਪੈਸੇ ਮੈਂ ਲਾਇਆ ਪਰ ਜਦ ਕੀ ਤੁਹਾਡੇ ਕੋਲ ਕੋਈ ਐਸਾ ਪ੍ਰੂਫ ਨਹੀਂ ਹਮ ਜਿਹਦੇ ਵਿੱਚ ਤੁਸੀਂ ਆਪਣੇ ਖਾਤੇ ਚੋਂ ਕੁੜੀ ਦੇ ਖਾਤੇ ਚ ਕੁੜੀ ਦੀ ਮਾਂ ਦੇ ਖਾਤੇ ਜਾਂ ਕੁੜੀ ਦੇ ਪਿਓ ਦੇ ਖਾਤੇ ਚ ਪੈਸੇ ਜਮਾ ਕਰਾਇਆ ਹਮ ਹਮ ਤੇ ਮੈਨੂੰ ਜਵਾਬ ਦਿਓ ਕਹਿੰਦਾ ਸਰਦਾਰ ਜੀ ਇੱਕੋ ਜਵਾਬ ਹੈ ਇਸ ਗੱਲ ਦਾ ਮੈਂ ਆਪਣੇ ਖਾਤੇ ਚੋਂ ਜੇ 27 ਤਰੀਕ ਨੂੰ 5 ਲੱਖ ਰੁਪਏ ਕਢਾਇਆ ਹਮ ਹਮ ਜਾਂ 27 ਤਰੀਕ ਨੂੰ ਜਾਂ 28 ਨੂੰ ਜਾਂ 29 ਨੂੰ ਕੁੜੀ ਜਾਂ ਕੁੜੀ ਦੇ ਮਾਂ ਜਾਂ ਕੁੜੀ ਦੇ ਪਿਓ ਦੇ ਖਾਤੇ ਚੋਂ 7 ਲੱਖ ਜਾਂ 5 ਲੱਖ ਰੁਪਏ ਜਮਾ ਹੋਇਆ ਹੂੰ ਹੂੰ ਤੇ ਜੇ ਉਹ ਕੁੜੀ ਵਾਲੇ ਇੰਨੇ ਸਮਰਥ ਸੀ ਤੇ ਇਹ ਜਿਹੜੀ ਵਿਆਹ ਦੀ ਤਰੀਕ ਹੈ 20 ਦਸੰਬਰ 20 ਦਸੰਬਰ ਤੋਂ ਪਹਿਲਾਂ ਉਹਨਾਂ ਦੇ ਖਾਤੇ 'ਚ ਕਿਉਂ ਭੁੱਖ ਨੰਗ ਪਈ ਸੀ ਹੂੰ ਹੂੰ ਤੇ ਪੈਸਾ ਮੇਰੇ ਅਕਾਊਂਟ 'ਚੋਂ ਨਿਕਲਿਆ ਮੇਰਾ ਰਿਸ਼ਤੇਦਾਰ ਸੀ ਮੇਰਾ ਮੈਂ ਸੋਚਿਆ ਸੀ ਵੀ ਕਰਜ਼ਾ ਚੁੱਕਾਂ ਜੋ ਮਰਜੀ ਚੁੱਕਾਂ ਮੇਰਾ ਮੁੰਡਾ ਬਾਹਰ ਜਾਏਗਾ ਕਮਾਈ ਕਰੇਗਾ ਪਹਿਲਾ ਦੇਗਾ ਹੂੰ ਹੂੰ ਮੈਂ ਕਰਜ਼ੇ ਜੋ ਬਾਹਰ ਨਿਕਲਾਂਗਾ ਸੋ ਕਈ ਕਿਸੇ ਵੇਲੇ ਕਲਾਇੰਟ ਵੀ ਚਾਹੇ ਉਹ ਪਿੰਡੂ ਹੀ ਹੋਵੇ ਵਿਚਾਰਾ ਪਰ ਬੜੀ ਸਿਆਣੀ ਗੱਲ ਸਮਝਾ ਕੇ ਜਾਂਦਾ ਹੂੰ ਔਰ ਉਹ ਗੱਲ ਕਨਵਿੰਸ ਕਰਦੀ ਹੈ ਕਿ ਅੱਜ ਤੁਸੀਂ ਆਪਣੇ ਅਕਾਊਂਟ 'ਚੋਂ ਪੈਸੇ ਕਢਾਏ ਹੂੰ ਹੂੰ ਤੇ ਸੇਮ ਡੇ ਸੇਮ ਫਿਗਰ ਮੇਰੇ ਅਕਾਊਂਟ 'ਚੋਂ ਜਮ੍ਹਾਂ ਹੋ ਰਹੀ ਹੈ ਹੂੰ 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 ਤੇ ਕਿਤੇ ਤੇ ਭਾਜੀ ਕੋਈ ਕਨੈਕਸ਼ਨ ਜੁੜਦਾ ਹੈ ਨਾ ਮੱਲਨ ਸਾਹਿਬ ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਜੀ ਕਿ ਆਪਣੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਹਿਲਾਂ ਤਾਂ ਕੋਰਟ ਕਚੈਰੀਆਂ ਵਿੱਚ ਇਹ ਕੇਸ ਜਾਂਦੇ ਸੀ ਕਿ ਭਾਈ ਮੁੰਡੇ ਕੁੜੀ ਦੀ ਨਹੀਂ ਬਣਦੀ ਇਹਨਾਂ ਦਾ ਮਸਲਾ ਹੱਲ ਕਰੋ ਜਾਂ ਤਲਾਕ ਕਰੋ ਜਾਂ ਕਿਸੇ ਢੰਗ ਨਾਲ ਸਹਿਮਤੀ ਬਣਾਓ ਜੀ ਅੱਜ ਕੱਲ ਮੈਨੂੰ ਲੱਗਦਾ ਕਿ ਇਹ ਕੇਸ ਜਾਂਦੇ ਹੋਣੇ ਆ ਕਿ ਭਾਈ ਮੁੰਡੇ ਕੁੜੀ ਦੀ ਨਹੀਂ ਬਣਦੀ ਸਾਡੇ ਪੈਸੇ ਦਿਵਾਓ ਕਿਉਂਕਿ ਕੇਸ ਤਾਂ ਜ਼ਿਆਦਾਤਰ ਇਦਾਂ ਦੇ ਆ ਰਹੇ ਨਾ ਕਿ ਪੈਸੇ ਪੈਸੇ ਇੱਕ ਪਾਰਟੀ ਨੇ ਲਾਇਆ ਜੀ ਹੂੰ ਤਾਂ ਡੈਫੀਨਿਟਲੀ ਇਹ ਕੇਸ ਚੱਲਦੇ ਪੈਣੇ ਜੀ ਨਹੀਂ ਮਤਲਬ ਕਿ ਤੁਹਾਨੂੰ ਲੱਗਦਾ ਕਿ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਜਿਹੜੇ ਬੈਂਡ ਵਾਲਾ ਆਪਾਂ ਕਹਿ ਸਕਦੇ ਹਾਂ ਕਿ ਬੈਂਡ ਨਾਲ ਵਿਆਹ ਹੋ ਰਿਹਾ ਬੈਂਡ ਨਾਲ ਵਿਆਹ ਹੋ ਰਿਹਾ ਹਾਂ ਤੇ ਇਸ ਦੌਰ ਦੇ ਵਿੱਚ ਅੱਜ ਕੱਲ ਕਚੈਰੀਆਂ ਦੇ ਵਿੱਚ ਇਦਾਂ ਦੇ ਕੇਸਾਂ ਦੀ ਭਰਮਾਰ ਹੈਗੀ ਹੈ ਬਿਲਕੁਲ ਇਦਾਂ ਦੇ ਕੇਸਾਂ ਦੀ ਭਰਮਾਰ ਆ ਪਰ ਉਹਦੀ ਸ਼ਕਲ ਹੋਰ ਹੈ ਹੂੰ ਉਹ ਕ੍ਰਿਮੀਨਲ ਕੇਸ ਦਰਜ ਕਰਾ ਕੇ ਫਿਰ ਸੈਟਲਮੈਂਟ ਪੈਸਿਆਂ ਦੇ ਹੁੰਦੀ ਆ ਜਾਂ ਮੇਰਾ ਮੁੰਡਾ ਜਾਂ ਮੇਰੀ ਕੁੜੀ ਬਾਹਰ ਲੈ ਜਾਓ ਅੱਛਾ ਅੱਛਾ ਬਾਹਰ ਲੈ ਕੇ ਉਹਨੂੰ ਪੀਆਰ ਕਰਾ ਦਿਓ ਹੂੰ ਹੂੰ ਤੇ ਪੀਆਰ ਕਰਾਣ ਤੋਂ ਬਾਅਦ ਭਾਵੇਂ ਤੁਸੀਂ ਉੱਥੇ ਜਾ ਕੇ ਵਖਰੇਲਾ ਲਓ ਹੂੰ ਆਪਣਾ ਪਰਿਵਾਰਿਕ ਰਿਸ਼ਤਾ ਨਾ ਬਣਾਓ ਹੂੰ ਤੁਸੀਂ ਉੱਥੇ ਹਸਬੰਡ ਵਾਈਫ ਵਾਂਗੂ ਚਲੇ ਜਾਓ ਜਾਨਤਵਾਦ ਦੇ ਕੋਈ ਪੱਕੇ ਹੋ ਪੱਕਾ ਕਰਨ ਤੋਂ ਬਾਅਦ ਤੁਸੀਂ ਤਲਾਕ ਲੈ ਲਿਆ। ਲੱਗਦਾ ਤੁਹਾਡੇ ਲਾਈ ਦੇ ਤਜਰਬੇ ਦੇ ਵਿੱਚ ਜਿੰਨੇ ਵੀ ਤੁਸੀਂ ਕੇਸ ਦੇਖੇ ਹੈਗੇ ਨੇ ਜੀ ਇਹਨਾਂ ਕੇਸਾਂ ਦੇ ਵਿੱਚ ਜਿਵੇਂ ਕੋਈ ਠੱਗੀ ਮਾਰ ਕੇ ਕੁੜੀ ਬਾਹਰ ਚਲੀ ਗਈ। ਮਾਡੇ ਵਿੱਚ ਆਪਣੇ ਘਰ ਵਾਲੇ ਨੂੰ ਇਗਨੋਰ ਕਰਦੀ ਹੈ ਤੇ ਜਾਂ ਉੱਥੇ ਜਾ ਕੇ ਸਾਦਕੇ ਕੋਈ ਕੇਸ ਪਾਉਂਦੀ ਹੈ ਜਾਂ ਫਸਾਉਂਦੀ ਹੈ ਵਾਪਸ ਇਦਾਂ ਦਾ ਡਿਸਪਿਊਟ ਕੋਈ ਮੁੰਡਾ ਇਦਾਂ ਦਾ ਠੱਗੀ ਮਾਰ ਜਾਂਦਾ ਬਾਹਰ ਚਲਾ ਜਾਂਦਾ ਜਿਵੇਂ ਤੁਸੀਂ ਜ਼ਮੀਨ ਜਾਇਦਾਦ ਵਾਲੀ ਕੀਤੀ ਹੈ। ਜੀ ਤੇ ਆ ਉਹਦੀ ਪਤਨੀ ਨੂੰ ਬਾਅਦ ਚ ਲੈ ਕੇ ਨਹੀਂ ਜਾਉਂਦਾ ਆਪਾਂ ਐਨਆਰਆਈ ਲਾੜੇ ਦੀ ਗੱਲ ਕਰੀਏ ਤਾਂ ਬਹੁਤ ਬਹੁਤ ਸਾਰੇ ਕੇਸ ਇਦਾਂ ਦੇ ਹੈਗੇ ਨੇ ਜੀ ਹੁਣ ਤੱਕ ਤੁਹਾਡੀ ਤਜਰਬੇ ਦੇ ਵਿੱਚ ਲਾਈਫ ਦੇ ਵਿੱਚ ਕੋਈ ਇਦਾਂ ਦਾ ਵੀ ਕੇਸ ਆਇਆ ਕਿ ਇਹ ਅਦਾਲਤ ਵਿੱਚ ਕੇਸ ਗਿਆ ਹੋਵੇ ਤੇ ਉੱਥੋਂ ਦੀ ਕੁੜੀ ਜਾਂ ਮੁੰਡੇ ਨੂੰ ਇੱਥੇ ਭਾਰਤ ਵਿੱਚ ਸੱਦਿਆ ਹੋਵੇ ਤੇ ਉਹਦੇ 'ਚ ਸਜ਼ਾ ਵੀ ਹੋਈ ਹੋਵੇ ਸਰ ਜੇ ਸੇਕੇ ਸੰਜ ਦੇ ਲੜਕੀ ਲੜਕਾ ਇੰਡੀਆ ਆਏ ਨੇ ਤੇ ਪਨਿਸ਼ਮੈਂਟ ਹੋਈ ਹੈ ਜਾਂ ਉਹਦਾ ਫਾਦਰ ਆ ਗਿਆ ਤੇ ਫਾਦਰ ਦੇ ਐਫਆਈਆਰ ਹੋ ਗਿਆ ਔਰ ਫਾਦਰ ਇੰਡੀਆ ਜੀ ਫਸ ਗਿਆ ਹੂੰ ਹੂੰ ਉਹਨਾਂ ਇਹ ਚੀਜ਼ਾਂ ਬੜੀਆਂ ਆਈਆਂ ਨੇ ਸਾਹਮਣੇ ਹੂੰ ਹੂੰ ਔਰ ਇਹਦੇ ਵਿੱਚ ਜੇ ਨਹੀਂ ਵੀ ਇੱਥੇ ਆਉਂਦੇ ਤੇ ਉਸ ਬੰਦੇ ਦੇ ਦੋ ਪਰਚੇ ਹੋ ਜਾਣਗੇ ਠੀਕ ਹੈ ਜੀ ਪਹਿਲਾ ਪਰਚਾ ਤੇ ਜਿਹੜਾ ਹੋਇਆ ਹੀ ਹੈ ਹੂੰ ਹੂੰ 420 467 671 ਜਾਂ ਠੱਗੀ ਠੋਰੀ ਦਾ ਕੀ ਇਹਨੇ ਪੈਸੇ ਲੈ ਲੇ ਤੇ ਵਿਆਹ ਕਰਾ ਕੇ ਭੱਜ ਗਈ ਜਾਂ ਭੱਜ ਗਿਆ ਤੇ ਵਾਪਸ ਨਹੀਂ ਆਇਆ ਠੀਕ ਹੈ ਉਸ ਤੋਂ ਬਾਅਦ ਪੁਲਿਸ ਉਹਦੇ ਨਾਲ ਨਾਲ ਪੀਓ ਦੀ ਕਾਰਵਾਈ ਸ਼ੁਰੂ ਕਰਾ ਦਿੰਦੀ ਹੈ ਹੂੰ ਪਘੋੜੇ ਦੀ ਠੀਕ ਹੈ ਜੀ ਤੇ ਪਘੋੜੇ 'ਚ ਵੀ 174 ਜਿਹੜਾ ਪਰਚਾ ਇੱਕ ਹੋਰ ਹੋ ਜਾਂਦਾ ਹੂੰ ਤੇ ਪਘੋੜੇ ਵਿੱਚ ਬੜਾ ਸਿੰਪਲ ਫਾਰਮੂਲਾ ਹੈ ਜਿੰਨੇ ਸਾਲ ਦਾ ਡਿਫਾਲਟਰ ਹੈ ਹੂੰ ਹੂੰ ਓਨੇ ਮਹੀਨੇ ਮੰਨ ਲਓ 5 ਸਾਲ ਦਾ ਡਿਫਾਲਟਰ ਹੈ 5 ਸਾਲ ਤੋਂ ਕੋਰਟ 'ਚ ਪੇਸ਼ ਨਹੀਂ ਹੋ ਰਿਹਾ ਤੇ ਘੱਟੋ ਘੱਟ 5 ਮਹੀਨੇ ਉਹਨੂੰ ਜੇਲ੍ਹ 'ਚ ਰਹਿਣਾ ਪੈਣਾ ਠੀਕ ਹੈ ਜੀ ਉਸ ਮੁਤਾਬਕ ਦੀਆਂ ਛੋਟੀਆਂ ਦੇਣੀਆਂ ਪੈਣੀਆਂ ਹੂੰ ਹੂੰ ਕਿਉਂਕਿ ਪੀਓ ਵਾਲੇ ਕੇਸ 'ਚ ਜਨਰਲੀ ਕੋਰਟ ਸ ਕਹਿੰਦੀ ਹੈ ਕਿ ਇਹ ਬੰਦਾ ਪਕੌੜਾ ਭਾਜੇਗਾ ਤੇ ਇਹਨੂੰ ਕਿਸ ਤਰ੍ਹਾਂ ਡਿਟੇਨ ਕਰੋਗੇ ਕੇਸ ਕੰਪਲੀਟ ਨਹੀਂ ਹੋਏਗਾ ਹੂੰ ਹੂੰ ਤੇ ਉਹਦੇ ਵਿੱਚ ਉੱਤੇ ਦੋ ਪਰਚੇ ਹੋ ਜਾਂਦੇ ਨੇ ਤੇ ਦੋਨਾਂ ਪਰਚਿਆਂ ਵਿੱਚ ਉਹਨੂੰ ਆਪਣੀ ਹਰ ਚੀਜ਼ ਸਹਿਣੀ ਪੈਂਦੀ ਹੈ ਠੀਕ ਹੈ ਠੀਕ ਹੈ ਕਿਸੇ ਵੇਲੇ ਕੀ ਹੁੰਦਾ ਪਹਿਲਾਂ ਦੋ ਚਾਰ ਦੋ ਕੁ ਤਾਰਾਜ ਪਰਚਾ ਦਰਜ ਹੋ ਜਾਂਦਾ ਹੂੰ ਹੂੰ ਮੁੜ ਕੇ ਜਦ ਮਤਲਬ ਮੇਰੇ ਵਰਗਾ ਵਕੀਲ ਐਪਲੀਕੇਸ਼ਨ ਦੇ ਦਿੰਦਾ ਕੋਰਟ ਨੂੰ ਹੂੰ ਹੂੰ ਕਿ ਮੈਂ ਤੇ ਇਸ ਐਪਲੀਕੇਸ਼ਨ 'ਚ ਇਹ ਇਲਜ਼ਾਮ ਵੀ ਲਾਏ ਸੀ ਠੀਕ ਹੈ ਜੀ ਪਰ ਪੁਲਸ ਨੇ ਇਹ ਬਲੇ ਇਲਜ਼ਾਮਾਂ ਦੇ ਉੱਤੇ ਕੰਮ ਨਹੀਂ ਕੀਤਾ ਇਸ ਕਰਕੇ ਇਹਦੇ 'ਚ ਆ ਜੁਰਮ ਵਦਨੇ ਬਣਦੇ ਨੇ ਠੀਕ ਹੈ ਜੀ ਕਿਸੇ ਵੇਲੇ ਪਹਿਲਾਂ ਪਰਚਾ ਸਿਰਫ 2 ਧਾਰਾਜ ਹੁੰਦਾ ਹੈ ਮੁੜ ਕੇ ਉਹ ਪਰਚਾ ਦੀ ਧਾਰਾ ਵਾਜ ਜਾਂਦੀ ਹੈ ਫਿਰ ਜ਼ਮਾਨਤ ਕਰਾਣੀਆਂ ਪੈਂਦੀਆਂ ਫਿਰ ਸਾਰਾ ਪ੍ਰੋਸੈਸ ਚੱਲਦਾ ਹੈ ਠੀਕ ਹੈ ਸੋ ਇਦਾਂ ਦੀਆਂ ਬੜੀਆਂ ਹੀ ਗੱਲਾਂ ਨੇ ਪੇਚੀਦਗੀਆਂ ਨੇ ਜਿਨ੍ਹਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਇਹਦੇ ਵਿੱਚ ਮੇਰੀ ਰਾਏ ਇਸ ਬੜੀ ਸਿੰਪਲ ਹੈ ਕੀ ਕੋਰਟ ਕਚਹਿਰੀ ਜਾਣ ਤੋਂ ਪਹਿਲਾਂ ਘੱਟੋ ਘੱਟ ਮੈਂ ਕਹਿੰਦਾ ਵੈਸੇ ਤੇ ਗੱਲ ਇਹ ਗਲਤ ਹੈ ਕਿ ਜੇ ਤੁਸੀਂ ਇੱਕ ਪੈਸੇ ਦੀ ਖਾਤਰ ਤੇ ਬਾਹਰ ਜਾਣ ਦੀ ਖਾਤਰ ਵਿਆਹ ਕਰਾਇਆ ਆਪਣੀ ਓਨੀ ਡੀਲ ਕੰਪਲੀਟ ਕਰੋ ਜੀ ਜੀ ਕਰਨ ਤੋਂ ਬਾਅਦ ਅੱਗੇ ਜੋ ਮਰਜ਼ੀ ਕਰੋ ਔਰ ਇਹਦੇ ਚ ਗਲਤੀਆਂ ਕੌਣ ਕਰਦਾ ਸਰ ਮੈਂ ਤਾਂ ਉਹ ਵੀ ਦੱਸ ਦਿੰਦਾ ਜਿਹੜੇ ਅਸੀਂ ਪਿਛਲੇ ਕੋਈ 5-400 ਕੇਸ ਨੂੰ ਜਿ ਖੰਗਾਲੀਏ ਜਿਹੜੀਆਂ ਲੜਕੀਆਂ ਜਾਂ ਲੜਕੇ ਸਿਰਫ ਪਲੱਸ 2 ਕਰਕੇ ਬਾਹਰ ਚਲ ਗਏ ਨੇ ਉਹਨਾਂ ਨੇ ਇਹ ਗਲਤੀਆਂ ਜ਼ਿਆਦਾ ਕੀਤੀਆਂ ਸੌਰੀ ਮੁਰਾਦ ਸਾਹਿਬ ਉਹ ਉੱਥੇ ਜਾ ਕੇ ਜ਼ਿਆਦਾ ਵਿਗੜੇ ਨੇ ਬਜਾਏ ਕਿ ਜਿਹੜੇ ਇੱਥੋਂ ਗ੍ਰੈਜੂਏਸ਼ਨ ਕਰਕੇ ਗਏ ਨੇ ਠੀਕ ਹੈ ਜੀ ਉਹਨਾਂ ਦਾ ਮੈਚਿਓਰਿਟੀ ਲੈਵਲ ਔਰ ਜਿਹੜੇ ਪਲੱਸ 2 ਕਰਕੇ ਜਿਹਨੂੰ ਕਹਾਂਗਾ ਮਤਲਬ ਛੋਰ ਛੰਡੇ ਜੇ ਜੀ ਜੀ ਬਾਹਰ ਚਲੇ ਗਏ ਜਿਨ੍ਹਾਂ ਨੂੰ ਆਪਣਾ ਹਲੇ ਨਾਂ ਨਹੀਂ ਲਿਖਣਾ ਹੁੰਦਾ ਤੇ ਬਸ ਇਹੋ ਟੌਰ ਮਾਰਨ ਨੂੰ ਕਿ ਮੈਂ ਤੇ ਬਾਹਰ ਚੱਲੇ ਆ ਜੀ ਤੇ ਉੱਥੇ ਜਾ ਕੇ ਭਾਵੇਂ ਫੁੱਟਪਾਥਾਂ ਤੇ ਸੌਂਦੇ ਹੋਣ ਜੀ ਜੀ ਪਰ ਇੱਕ ਵਾਰੀ ਬਾਹਰ ਜਾਂਦਾ ਤਾਂ ਮਗਲ ਲਵਾਣਾ ਜਿਆਦਾ ਗੱਲਾਂ ਸਾਬ ਬਿਲਕੁਲ ਆਪਣੀ ਗੱਲਬਾਤ ਜਾਰੀ ਰਹੇਗੀ ਬ੍ਰੇਕ ਦਾ ਵੇਲਾ ਹੋ ਚੁਲਿਆ ਹੈ ਬ੍ਰੇਕ ਤੋਂ ਬਾਅਦ ਛੇਤੀ ਮੁੜਾਂਗੇ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ ਵਿਚ ਨਵਾਂ ਕੈਰੀਅਰ ਜਾਂ ਬਿਜ਼ਨਸ ਸ਼ੁਰੂ ਕਰਨ ਵਿੱਚ ਹੈਲਪ ਕਰ ਸਕਦਾ ਹੈ ਟ੍ਰੈਕਿੰਗ ਇੰਡਸਟਰੀ ਵਿੱਚ ਹਰ ਇੱਕ ਚੀਜ਼ ਦਾ ਹੱਲ ਅਵਲ ਅਵਲ ਦਾ ਜ਼ਬਰਦਸਤ ਟੈਕ